दिल्ली पंजाब एक्सप्रेस से जनता दी आवाज़ चैनल देखते सारे दोस्त मित्र भैरी सत श्रीकाल। मैं थोड़ा अपना अजय टल्लेवाल। इस वक्त असी खड़े हाँ पिंड पखो कैंचे के बिल्कुल नेड़े, जिथे कि एक मासूम बच्चा जिदे मतलब छे दिनों के माता की मौत हो गई और उस तो बाद उन्होंने फादर साहब भी मैंटली अपसैट हो गए, वह भी बच्चे छड़ के चले गए। उस बच्चे ने किदा दुख हंडाए ने बिट्टू सिंह जी, जिन्हों के बचपन के छे दिनों के सी जो उन्हें माता की मौत हो गई सी, उस तो बाद उन्होंने फादर साहब भी मैंटली अपसैट हो के उन्होंने छड़ के चले गए सके। उन्होंने सिर पर ना ही मकान है, मकान की छत है, नहीं उन्हें माँ प्यो दाया। आओ गलबात करते हैं उन्होंने ना जी। सत श्रीकाल जी, जो थोड़े मतलब माता की मौत हुई सी जी तब तुम कितने टाइम के सी? छे दिन आए जी। मम्मी की डैथ हो गई सी, फिर डैडी जी अपसैट हो गए थे जी। ਤੁਹਾਡੇ ਫਾਦਰ ਸਾਹਿਬ ਵੀ ਫਿਰ ਉਸ ਵਕਤ ਚਲੇ ਗਏ ਜਾਂ ਕੁਛ ਟਾਈਮ ਜੀ ਬਾਅਦ? ਕੁਛ ਟਾਈਮ ਬਾਅਦ ਹੀ ਚਲੇ ਗਏ ਸੀਗੇ ਜੀ ਫਿਰ ਜੀ। ਹਾਂਜੀ, ਉਸ ਤੋਂ ਬਾਅਦ ਜਿਹੜਾ ਤੁਹਾਡਾ ਪਾਲਣ ਪੋਸ਼ਣ ਸੀਗਾ ਜੀ, ਮਤਲਬ ਕਿਹਨੇ ਕੀਤਾ? ਚਾਚਾ ਜੀ ਨੇ ਕੀਤਾ ਜੀ ਪਾਲਣ ਪੋਸ਼ਣ, ਅਤੇ ਭਾਈ ਸਾਹਿਬ ਜੀ ਵੱਡੇ ਭਾਈ ਸਾਹਿਬ ਸੀਗੇ ਜੀ, ਉਹਨਾਂ ਨੇ ਪਾਲਣ ਪੋਸ਼ਣ ਕੀਤਾ ਜੀ। ਉਹਨਾਂ ਦਾ ਨਾਮ ਦੱਸੋਗੇ ਜੀ? ਹਰਜਿੰਦਰ ਸਿੰਘ ਹੈ ਜੀ ਨਾਂ ਜੀ, ਅਤੇ ਪਾਪਾ ਨੇ ਹਰਦਿਆਲ ਸਿੰਘ ਜੀ, ਚਾਚਾ ਜੀ। ਅੱਛਾ, ਜਿਵੇਂ ਤੁਸੀਂ ਮਤਲਬ ਬਚਪਨ ਦੇ ਵਿੱਚ ਤੁਹਾਡੇ ਮਾਤਾ ਜੀ ਚਲੇ ਗਏ ਸੀ, ਹੈ ਨਾ, ਤਾਂ ਉਹਦੇ 'ਚ ਬਹੁਤ ਸਾਰੀਆਂ ਕਠਿਨਾਈਆਂ ਆਈਆਂ ਹੋਣਗੀਆਂ ਜੀ, ਹੈ ਨਾ, ਤਕਲੀਫਾਂ ਜੀ? ਹਾਂਜੀ, ਬਹੁਤ ਆਈਆਂ ਕਠਿਨਾਈਆਂ ਜੀ। ਅੱਜ ਤੁਹਾਡਾ ਜਿਹੜਾ ਮਕਾਨ ਆ ਅਸੀਂ ਮਤਲਬ ਲੋਕਾਂ ਨੂੰ ਦਿਖਾ ਰਹੇ ਹਾਂ ਜੀ, ਹੈ ਨਾ, ਵੀ ਰਹਿਣ ਵਾਸਤੇ ਸੱਤ ਨਹੀਂ ਹੈਗੀ। ਗੱਲ ਕਰਦੇ ਜੀ, ਮੈਂ ਤੁਸੀਂ ਦੇਖਣ ਦੇ ਵਿੱਚ ਮਤਲਬ ਠੀਕ ਠਾਕ ਲੱਗ ਰਹੇ ਹੋ, ਹੈ ਨਾ, ਜਵਾਨ ਵੀ ਹੋ ਤੁਸੀਂ, ਤਾਂ ਲੋਕ ਆਪਣੀ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਜੇ, ਘਰ ਬਣਾਉਂਦੇ ਆ, ਤਾਂ ਤੁਸੀਂ ਵੀ ਆਪਣੀ ਮਿਹਨਤ ਕਰਕੇ ਆਪਣਾ ਘਰ ਬਣਾ ਸਕਦੇ ਹਾਂ ਜੀ? ਹਾਂਜੀ, ਇਹ ਗੱਲ ਸਹੀ ਹੈ ਤੁਹਾਡੀ ਜੀ, ਮੇਰਾ ਜੀ ਗੁਰਦਾ ਦੇ ਨੁਕਸ ਕਰਕੇ ਜੀ, ਅਤੇ ਇਸ ਕਰਕੇ ਜੀ ਮੈਂ ਮਕਾਨ ਨਹੀਂ ਬਣਾ ਸਕਿਆ, ਅਤੇ ਬਰਨਾਲੇ ਮੇਰੀ ਦਵਾਈ ਚੱਲ ਰਹੀ ਹੈ ਜੀ। ਕਿਹੜੇ ਡਾਕਟਰ ਸਾਹਿਬ ਤੋਂ ਤੁਹਾਡੀ ਜਿਹੜੀ ਦਵਾਈ ਚੱਲ ਰਹੀ ਹੈ? ਦਵਾਈ ਮੇਰੇ ਭੂਸ਼ਣ ਡਾਕਟਰ ਤੋਂ ਚੱਲ ਰਹੀ ਹੈ ਜੀ, ਬਰਨਾਲੇ ਜੀ। ਅਤੇ ਉਹਨਾਂ ਨੇ ਤੁਹਾਨੂੰ ਮਤਲਬ ਕੀ ਕਿਹਾ ਫਿਰ ਦਵਾਈ ਦੇਣ ਤੋਂ ਬਾਅਦ? ਦਵਾਈ ਨਾਲ ਉਹ ਵੀ ਕਹਿੰਦੇ ਜੀ ਕੰਮ ਕਾਰ ਵੀ ਆਉਂਦਾ ਵੀ ਥੋੜ੍ਹਾ ਕਰਨਾ ਜੀ, ਉਹ ਕਰਕੇ ਤਕਲੀਫ ਆ ਜਾਂਦੀ ਸੀ, ਜੋ ਮੈਂ ਜ਼ੋਰ ਦਾ ਕੰਮ ਕਰ ਲਾਂ ਜੀ ਉਹਨਾਂ ਵੀ ਮੈਂ ਸੁੱਜ ਫੁੱਲ ਜਾਂਦਾ ਜੀ। ਅਤੇ ਜੋ ਮੇਰਾ ਬਾਕੀ ਖਰਚਾ ਜੀ ਸਰਪੰਚ ਸਾਹਿਬ ਚੱਕ ਰਹੇ ਆ ਜੀ, ਉਹ ਕਰ ਰਹੇ ਜੀ ਖਰਚਾ ਸਾਰਾ ਜੀ, ਖਾਣ ਪੀਣ ਦਾ ਜੀ, ਦਵਾਈ ਬੂਟੀ ਦਾ ਜੀ ਸਾਰਾ ਖਰਚਾ ਸਰਪੰਚ ਸਾਹਿਬ ਕਰ ਰਹੇ ਜੀ। ਹਾਂਜੀ, ਉਹ ਤੁਸੀਂ ਸਾਡੇ ਅੱਜ ਚੈਨਲ ਦੇ ਜ਼ਰੀਏ ਮਤਲਬ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੇਰੀ ਇਹੀ ਹੈ ਜੀ, ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਜੋ ਵੀ ਕੋਈ ਵੀਰ ਮੇਰੀ ਮਦਦ ਕਰ ਸਕਦਾ ਜੀ, ਮਦਦ ਜ਼ਰੂਰ ਕਰੋ ਜੀ, ਇਹੀ ਮੇਰਾ ਹੱਥ ਬੰਨ੍ਹ ਕੇ ਬੇਨਤੀ ਹੈ। ਸਾਡੇ ਨਾਲ ਇਸ ਵਕਤ ਸਰਪੰਚ ਸਾਹਿਬ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ, ਜਿਵੇਂ ਇਹਨਾਂ ਦੀ ਮਤਲਬ ਜੋ ਹਾਲਾਤਾਂ ਵਿੱਚ ਗੁਜ਼ਰੇ ਨੇ ਜੀ, ਨਾ, ਉਹਨਾਂ ਦੇ ਤੁਹਾਡਾ ਕੀ ਕਹਿਣਾ? ਜੋ ਇਹਨਾਂ ਦੇ ਮਾਤਾ ਜੀ ਸੀਗੀ, ਉਹ ਮਤਲਬ ਜੀ ਮਾਤਾ ਜੀ ਕੈਂਸਰ ਦੇ ਮਰੀਜ਼ ਸੀਗੇ। ਇਹਨਾਂ ਦਾ ਜਦੋਂ ਬਚਪਨ ਦਾ 6 ਦਿਨ ਦਾ ਜਨਮ ਹੋਇਆ, ਜਨਮ ਹੋਣ ਸਾਰ 6 ਦਿਨਾਂ ਬਾਅਦ ਇਹਨਾਂ ਨੂੰ ਵਿਚਾਰਿਆਂ ਨੂੰ ਛੱਡ ਕੇ ਉਹ ਚਲੇ ਗਏ। ਇਹਨਾਂ ਦੇ ਚਾਚਾ ਜੀ ਮਾਸੜ ਵੀ ਕਹਿ ਦਿੰਦੇ, ਚਾਚਾ ਜੀ ਵੀ ਕਹਿ ਦਿੰਦੇ ਹਰਦਿਆਲ ਸਿੰਘ, ਉਹਨਾਂ ਨੇ ਆਪਦੀ ਗਰੀਬੀ ਰਿਹਾ ਇਹਨਾਂ ਦਾ ਪਾਲੋ ਪਲੋਸ਼ਣ ਕੀਤਾ, ਪਾਲੋ ਪਲੋਸ਼ਣ ਕਰਕੇ, ਅਤੇ ਇਹ ਵੀ ਕੁਛ ਬੱਚਾ ਜੋ ਜਸਵੰਤ ਸਿੰਘ ਹੈਗਾ, ਇਹਨਾਂ ਨੂੰ ਗੁਰਦਿਆਂ ਦਾ ਨੁਕਸ਼ਾ ਹੈਗਾ, ਗੁਰਦਿਆਂ ਨੂੰ ਹੁਣ ਤੱਕ ਇਹਦੀ ਦਵਾਈ ਚੱਲ ਰਹੀ ਆ। ਜੋ ਇਹ ਮਕਾਨ ਆ, ਮਕਾਨ ਅਸੀਂ ਉਹਨਾਂ ਦੀ ਰਿਕੁਐਸਟ ਕਰਕੇ ਹਰਦਿਆਲ ਸਿੰਘ ਦੀ, ਤਾਂ ਇਹਨਾਂ ਨੂੰ ਦਾਨ ਪੁੱਛਣ ਦੇ ਵਿੱਚ ਦਿੱਤਾ ਗਿਆ ਮਕਾਨ ਜੀ ਇਹ, ਅਤੇ ਵਿਚਾਰਾ ਬਿਮਾਰਾ, ਅਸੀਂ ਇਹੀ ਮੰਗ ਕਰਦੇ ਹਾਂ ਜੋ ਮੇਰੀ ਪਾਰਟੀ ਉੱਠ ਗਈ ਕਿਸੇ ਤਰ੍ਹਾਂ ਦਾ ਵੀ ਕੋਈ ਮਦਦ ਦੇਣ ਵਾਲਾ ਬੰਦਾ, ਤਾਂ ਇਹਨਾਂ ਨੂੰ ਮਦਦ ਦਿੱਤੀ ਜਾਵੇ, ਅਸੀਂ ਉਹਨਾਂ ਦਾ ਧੰਨਵਾਦ ਹੋਵਾਂਗੇ। ਸਰਪੰਚ ਸਾਹਿਬ, ਗੱਲ ਕਰਦੇ ਇਹਨਾਂ ਦੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਦੇ ਫਾਦਰ ਕਿੱਥੇ ਗਏ ਜੀ, ਹੈ ਜਾਂ ਨਹੀਂ? ਇਹਨਾਂ ਦੇ ਫਾਦਰ ਅਪਸੈਟ ਹੋ ਗਏ ਹੁਣ, ਉਹ ਵੀ ਇੱਕ ਮੈਟਲ ਹੋਏ ਵਿਆ, ਕਿਤੋਂ ਕਿਤੋਂ ਮੰਗ ਕੇ ਕਰਦੇ ਆ, ਕਿਤੋਂ ਕਿਤੋਂ ਮੰਗ ਕੇ ਦਰ ਦਰਦ ਭਟਕ ਰਹੇ ਆ ਜੀ। ਇਹਦਾ ਚਲੋ ਜਿੰਨਾ ਘਰ ਦਿਆਲ ਸਿੰਘ ਦੀ ਵਿਚਾਰੇ ਦੀ ਬਣੀ ਸੀ, ਉਹਨੇ ਆਪਦੀ ਉਮਰ ਮੁਕਾਬ ਕੇ ਇਹਨਾਂ ਦਾ ਵੀ ਹੁਣ ਉਹ ਵੀ ਬੁੱਢੇ ਹੋ ਚੁੱਕੇ ਆ, ਅਤੇ ਉਹਨਾਂ ਨੇ ਇਹਦੀ ਮਦਦ ਕੀਤੀ। ਅਸੀਂ ਰਿਕਾਰਡ ਕਰਨਾ ਚਾਹੁੰਦੇ ਹਾਂ ਜੀ, ਕੋਈ NR ਬੰਦਾ ਜੋ ਇਹਦੀ ਸੱਤ ਆ, ਕੋਈ ਇਹਦੇ ਮਾਂ ਨਹੀਂ, ਕੋਈ ਪਿਓ ਨਹੀਂ ਇਸ ਟਾਈਮ ਇਹਦੇ ਸਿਰ 'ਤੇ। ਸਰਪੰਚ ਸਾਹਿਬ, ਤੁਸੀਂ ਸਾਡੇ ਚੈਨਲ ਦੇ ਜ਼ਰੀਏ ਮਤਲਬ ਲੋਕਾਂ ਨੂੰ ਕੀ ਰਿਕੁਐਸਟ ਕਰਨਾ ਚਾਹੁੰਦੇ ਹੋ? ਜੋ ਇਹ ਬੱਚੇ ਦੀ ਮਦਦ ਪਾਰਟੀ ਨੂੰ ਉੱਪਰ ਉੱਠ ਕੇ ਜੀ, ਇਹਦੀ ਕੋਈ ਮਦਦ ਕਰਨਾ ਚਾਹੁੰਦਾ ਬੰਦਾ, ਕੋਈ ਇਹਦੇ ਸੱਤ ਨਹੀਂ, ਕੋਈ ਇਹਦੇ ਮਾਂ ਬਾਪ ਨਹੀਂ, ਅਤੇ ਕੋਈ ਇਹਦੇ ਸਿਰ 'ਤੇ ਇਸ ਤਰ੍ਹਾਂ ਸੱਤ ਸਿਆ ਹੈ ਨਹੀਂ, ਜੋ ਆਪਾਂ ਕਹਿ ਦਿੰਦੇ ਕਿ ਬੂੰਦ ਬੂੰਦ ਨਾਲ ਦਰਿਆ ਭਰ ਦਈਏ, ਜੇ ਅਸੀਂ ਪਾਰਟੀ ਵੇਜ ਤੋਂ ਵੀ ਉੱਪਰ ਹੋ ਕੇ ਅਸੀਂ ਇਹਦਾ ਮਦਦ ਨਾਲ ਥੋੜ੍ਹਾ ਥੋੜ੍ਹਾ ਕਰਕੇ ਇਹਦਾ ਵਿਚਾਰੇ ਦਾ ਮਕਾਨ ਦਾ ਕਮਰਾ ਪਾ ਦਈਏ ਜੀ, ਤਾਂ ਅਸੀਂ ਦਾਨੀ ਸੱਜਣ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਅਤੇ ਇਹਨੂੰ ਕੁਛ ਨਾ ਆਪਾਂ ਕਰਕੇ ਅਤੇ ਇਹਦਾ ਵਿਚਾਰੇ ਦਾ ਮਕਾਨ ਬਣਾ ਦਈਏ। ਅਤੇ ਆਹ ਬਾਕੀ ਇਹਦਾ ਮਕਾਨ ਜੋ ਵੀ ਹੈ ਸਾਰੇ ਵੀਡੀਓ ਦੇ ਵਿੱਚ ਦਿਖਾਇਆ ਵੀ ਸਾਹਮਣੇ ਹੈ ਜੀ। ਹਾਂਜੀ, ਧੰਨਵਾਦ। ਮਾਨ ਸਾਹਿਬ ਦਾ ਇਹੀ ਕਹਿਣਾ ਹੈ ਕਿ ਇਸ ਬੱਚੇ ਦਾ ਬਚਪਨ ਦੇ ਵਿੱਚ ਮਾਂ ਚਲੀ ਗਈ, ਫਿਰ ਇਸਦੇ ਫਾਦਰ ਸਾਹਿਬ ਚਲੇ ਗਏ, ਉਸ ਤੋਂ ਬਾਅਦ ਬਹੁਤ ਕਠਿਨਾਈਆਂ ਦੇ ਵਿੱਚ ਇਸ ਬੱਚੇ ਨੇ ਮਤਲਬ ਇਸ ਵੀਰ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ। ਉਸ ਤੋਂ ਬਾਅਦ ਇਸ ਬੱਚੇ ਦੇ ਮਤਲਬ ਭਰਾ ਦੇ ਸਿਰ 'ਤੇ ਛੱਤ ਵੀ ਨਹੀਂ ਹੈਗੀ, ਮਾਪਿਆਂ ਦਾ ਸਾਇਆ ਵੀ ਹੈ ਨਹੀਂ ਗਾ। ਜੋ ਵੀ ਕੋਈ
पार्टी बाजी तो उपर उठ के इस दी मदद करना चाहता। जिमें सियाने कहिंदे ने बूंद बूंद नाल दरिया भर जाता गा, कोई भी इस दी मदद करनी चाहता तो इस दी मदद जरूर करो। इस तरह ही जिमें तुहाडे सामने असी नवीं नवी वीडियो लेके असी तुहाडे सामने हाजिर होए हाँ, तुहाडे सामने नवी खबर लेके असी फिर हाजिर होवांगे। साडा खास खबर देखने वास्ते साडे चैनल नूं सबसक्राइब करो, लाइक करो, कमेंट करो तां कि साडी हर आने वाली खबर तुहाडे तक सब तों पहला पहुंचे। नवी खबर लेके असी फिर हाजिर होवांगे, उदों लई ससिकाल जी।